ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਪਾਲ ਸਿੰਘ ਖਹਿਰਾ ਕੱਲ੍ਹ ਰਿਹਾਅ ਹੋਇਆ, ਉਹਦੀ ਜਵਾਨਤ ਹੋਈ ਹੈ। ਮੈਂ ਅੱਜ ਗੱਲਬਾਤ ਕਰਨੀ ਹੈ, ਪਹਿਲਾਂ ਵੀ ਮੈਂ ਇੱਕ ਵੀਡੀਓ ਪਾਈ ਸੀ ਕਿ ਦਾੜ੍ਹੀ ਚਿੱਟੀ ਹੋ ਗਈ, ਸ਼ਾਇਦ ਪੱਗ ਦਾ ਰੰਗ ਵੀ ਨੀਲਾ ਹੋ ਜਾਵੇ, ਟੋੜਾ ਕਲਰ ਆ ਜਾਵੇ। ਇੱਕ ਹੋਰ ਗੱਲ ਅੱਜ ਮੈਂ ਕਰਨ ਲੱਗਾ, ਬਾਦਲ ਜਦੋਂ ਵੀ ਜਿੱਤਦੇ ਨੇ ਬਠਿੰਡੇ ਤੋਂ, ਉਦੋਂ ਤਕਰੀਬਨ ਜਾਂ ਤਾਂ ਕਾਂਗਰਸ ਪਾਰਟੀ ਦੀ ਸਪੋਰਟ ਹੁੰਦੀ ਅੰਦਰ ਖਾਤੇ, ਅਤੇ ਜਾਂ ਕੋਈ ਹੋਰ ਮਦਾਰੀ ਉੱਥੇ ਆ ਕੇ ਖੜ੍ਹਾ ਹੋ ਜਾਂਦਾ। ਹੁਣ ਜਿਵੇਂ ਲੱਖਾ ਸਧੋਣਾ ਤੁਰਿਆ ਫਿਰਦਾ, ਇਹ ਵੀ ਬਾਦਲਾਂ ਦੀ ਕੱਠਪੁਤਲੀ ਹੈ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਵਾਸਤੇ। ਅਤੇ ਹੁਣ ਖਹਿਰਾ ਵੀ ਬਾਹਰ ਆ ਗਿਆ ਜੇਲ੍ਹ ਤੋਂ, ਪਹਿਲਾਂ ਵੀ ਖਹਿਰਾ ਸਾਹਿਬ ਨੇ ਉੱਥੇ ਜਾ ਕੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਜਿਤਾਇਆ ਸੀ। ਚਲੋ, ਇਹ ਤਾਂ ਰਾਜਨੀਤੀ ਵਿੱਚ ਜਿਹੜੇ ਸਟੰਟ ਹੁੰਦੇ ਆ ਜਾਂ ਹੇਰ ਫੇਰ ਹੁੰਦੀ ਆ, ਉਹ ਚੱਲਦੀ ਰਹਿੰਦੀ ਹੈ। ਇੱਕ ਸਿਆਪਾ ਹੁਣ ਨਵਾਂ ਹੋਰ ਪੈਣ ਲੱਗਾ, ਉਹ ਕਿਹੜਾ? ਇੱਕ ਡਾਇਲੋਗ ਹੈ, ਆਮ ਵਰਤਿਆ ਜਾਂਦਾ ਕਿ ਸੱਪ ਨੂੰ ਸੱਪ ਲੜੇ, ਜ਼ਹਿਰ ਕਿਹਨੂੰ ਚੜ੍ਹੇ। ਇੱਕ ਪਾਸੇ ਨਵਜੋਤ ਸਿੰਘ ਸਿੱਧੂ ਹੈ ਅਤੇ ਇੱਕ ਪਾਸੇ ਸੁਖਪਾਲ ਸਿੰਘ ਖਹਿਰਾ ਹੈ। ਜਦੋਂ ਖਹਿਰਾ ਸਾਹਿਬ ਦੀ ਜਵਾਨਤ ਹੁੰਦੀ ਹੈ, ਇਹ ਤਾਂ ਤਕਰੀਬਨ ਮੀਡੀਆ ਰਾਹੀਂ ਵੀ ਚਰਚਾਵਾਂ ਛਿੜ ਚੁੱਕੀਆਂ ਨੇ ਕਿ ਕਾਂਗਰਸ ਨੇ ਮੋਸਟ ਵੈਲਕਮ ਜਾਣੀ ਕਿ ਨਿੱਘਾ ਸਵਾਗਤ ਕੀਤਾ ਨਹੀਂ, ਜਿੰਨਾ ਕੁ ਖਹਿਰਾ ਸਾਹਿਬ ਚਾਹੁੰਦੇ ਸੀ ਉਨਾ ਕੁ ਸਵਾਗਤ ਹੋਇਆ ਨਹੀਂ। ਹੁਣ ਜਦੋਂ ਤੁਸੀਂ ਨਵਜੋਤ ਸਿੱਧੂ ਦੀ ਗੱਲ ਕਰੋਗੇ ਤਾਂ ਉਹ ਵੀ ਜਵਾਨ ਤੋਂ ਬੜੇ ਬੜਬੋਲੇ ਨੇ ਅਤੇ ਜੋ ਮਰਜ਼ੀ ਆਉਂਦਾ ਤਕਰੀਬਨ ਬੋਲ ਦਿੰਦੇ ਆ। ਔਰ ਦੂਜੇ ਪਾਸੇ ਖੁਦ ਮੁਖਤਿਆਰੀ ਖਹਿਰਾ ਸਾਹਿਬ ਚਾਹੁੰਦੇ ਆ। ਇੱਕ ਡਫਲੀ ਤਾਂ ਪਹਿਲਾਂ ਵੱਜਦੀ ਸੀ ਜੋ ਨਵਜੋਤ ਸਿੱਧੂ ਵਜਾਉਂਦਾ ਸੀ, ਅਤੇ ਦੂਜੀ ਡਫਲੀ ਹੁਣ ਹੋਰ ਵੱਜੂ, ਉਹ ਹੈ ਖਹਿਰਾ ਸਾਹਿਬ। ਜਾਣੀ ਕਿ ਇਹ ਦੋ ਡਫਲੀਆਂ ਨੇ, ਅਤੇ ਹੁਣ ਕਿਹਦੀ ਸੁਰ ਕਿੱਥੇ ਲੱਗਦੀ ਹੈ, ਕਿਹਦਾ ਤਾਲ ਕਿੱਥੇ ਜਾਂਦਾ, ਇਹ ਲੋਕਾਂ ਨੇ ਦੱਸਣਾ। ਔਰ ਇਹ ਡਫਲੀ ਵਜਾਉਣ ਵਾਲੇ ਹੈ ਦੋਨੋਂ ਹੀ ਬੇਸੁਰੇ। ਪਹਿਲਾਂ ਜਿਹੜਾ ਜਲੂਸ 2022 ਵਿੱਚ ਨਵਜੋਤ ਸਿੱਧੂ ਨੇ ਕੱਢਿਆ ਸੀ ਉਹ ਸਭ ਨੂੰ ਪਤਾ ਹੈ, ਅਤੇ ਖਹਿਰਾ ਸਾਹਿਬ ਜਿਹੜੀ ਪਾਰਟੀ ਵਿੱਚ ਜਾਂਦੇ ਨੇ, ਇਹ ਕਹਾਵਤ ਪੱਕ ਚੁੱਕੀ ਹੈ ਕਿ ਮਲੀਆ ਮੇਟ ਕਰ ਦਿੰਦੇ ਨੇ, ਤਾਰ ਪੀਡੋ ਕਰ ਦਿੰਦੇ ਆ। ਮੈਂ ਜਿਹੜੀ ਅੱਜ ਗੱਲਬਾਤ ਕੀਤੀ ਹੈ, ਇਹ ਤੋਂ ਭਾਵ ਇਹ ਨਹੀਂ ਕਿ ਖਹਿਰਾ ਸਾਹਿਬ ਮੇਰੇ ਦੁਸ਼ਮਣ ਨੇ ਜਾਂ ਨਵਜੋਤ ਸਿੱਧੂ ਸਾਹਿਬ ਮੇਰੇ ਦੁਸ਼ਮਣ ਨੇ। ਜਿਹੜੇ ਕਾਂਗਰਸ ਦੇ ਵਰਕਰ ਨੇ, ਥੋੜ੍ਹਾ ਜਿਹਾ ਉਹਨਾਂ ਨੂੰ ਸੋਚਣਾ ਜ਼ਰੂਰ ਪੈਣਾ ਕਿ ਇਹ ਦੋ ਡਫਲੀਆਂ ਜਿਹੜੀਆਂ ਨੇ ਜਦੋਂ ਵੱਜਣਗੀਆਂ ਨਾ, ਇਹਨਾਂ ਦਾ ਸੁਰਤਾਲ ਆਪਣਾ ਵੱਖਰੋ ਵੱਖਰਾ ਹੋਣਾ, ਵੱਖਰੋ ਵੱਖਰੇ ਇਹਨਾਂ ਨੇ ਰਾਗ ਉਹਨਾਂ ਵਿੱਚੋਂ ਛੇੜਨੇ ਨੇ, ਅਤੇ ਵਿਆਨਬਾਜ਼ੀ ਆਪਸ ਵਿੱਚ ਰਲਦੀ ਨਹੀਂ, ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਨੇ। ਜਾਣੀ ਕਿ ਕਹਿਣ ਤੋਂ ਭਾਵ ਜੋ ਬੁੱਢਾ ਬਾਪੂ ਬਾਦਲ ਚਾਹੁੰਦਾ ਹੁੰਦਾ ਸੀ ਕਿ ਮੈਨੂੰ ਵਿਰੋਧੀ ਧੁਰ ਧਿਰ ਦਾ ਫਾਇਦਾ ਮਿਲੇ ਚੋਣਾਂ ਦੇ ਵਿੱਚ, ਉਹ ਕਿਤੇ ਨਾ ਕਿਤੇ ਬਠਿੰਡਾ ਸੀਟ ਤੋਂ ਰਾਸ ਆ ਜਾਣਾ। ਜਿਹੜਾ ਮੈਂ ਡਾਇਲੋਗ ਪਹਿਲਾਂ ਬੋਲਿਆ ਸੀ ਨਾ ਕਿ ਸੱਪ ਨੂੰ ਸੱਪ ਲੜੇ, ਜ਼ਹਿਰ ਕਿਹਨੂੰ ਚੜ੍ਹੇ, ਹੁਣੇ ਤਾਂ ਅੰਦਾਜ਼ਾ ਲੱਗ ਹੀ ਜਾਣਾ। ਤਕਰੀਬਨ
ਇਹ ਸਪਸ਼ਟ ਹੋ ਚੁੱਕਾ ਹੈ ਕਿ ਜਿਹੜੀ ਬਠਿੰਡਾ ਸੀਟ ਹੈਗੀ ਹੈ ਉਹਦੇ 'ਤੇ ਖਹਿਰਾ ਸਾਹਿਬ ਦੀ ਨਜ਼ਰ ਜ਼ਰੂਰ ਜਾਣੀ ਹੈ। ਅਤੇ ਉਹ ਨਜ਼ਰ ਕੇਵਲ ਜਿੱਤਣ ਵਾਸਤੇ ਨਹੀਂ ਜਾਂਦੀ ਹੁੰਦੀ, ਜਿਵੇਂ ਪਹਿਲਾਂ ਚਰਚਾਵਾਂ ਛਿੜੀਆਂ ਸੀ ਕਿ ਐਂਬੂਲੈਂਸ ਦੇ ਵਿੱਚ ਪਤਾ ਨਹੀਂ ਕਰੋੜਾਂ ਰੁਪਈਆ ਵਾਹਵਾ ਕੁਛ ਮਨੀ ਦੱਸੀ ਜਾਂਦੀ ਹੈ ਕਿ ਖਹਿਰਾ ਸਾਹਿਬ ਨੂੰ ਭੇਜੀ ਗਈ, ਅਤੇ ਉਹ ਮਨੀ ਜਿਹੜੀ ਹੈ ਐਂਬੂਲੈਂਸ ਵਿੱਚ ਜਾਣ ਵਾਸਤੇ ਤਕਰੀਬਨ ਬਾਦਲਾਂ ਕੋਲ ਵਾਧੂ ਪਈ ਹੈ। ਅਤੇ ਹੁਣ ਕਿਤੇ ਨਾ ਕਿਤੇ ਜਿਹੜਾ ਸੀਨੀਅਰ ਕਹਿ ਲਈਏ ਮਦਾਰੀ ਸੀ ਉਹ ਜੇਲ੍ਹ ਤੋਂ ਬਾਹਰ ਆ ਗਿਆ। ਜੂਨੀਅਰ ਮਦਾਰੀ ਕੌਣ ਹੈ? ਲੱਖਾ ਸਧਾਣ ਹੈ, ਉਹ ਵੀ ਬਾਦਲਾਂ ਖਾਤਰ ਤੁਰਿਆ ਫਿਰਦਾ। ਅਤੇ ਹੁਣ ਤਕਰੀਬਨ ਜਿਹੜੇ ਲੋਕ ਇਹ ਕਹਿੰਦੇ ਨੇ ਨਾ ਕਿ ਇਹ ਪਾਰਟੀ ਪੰਜਾਬ ਨੂੰ ਬਚਾਓ, ਉਹ ਪਾਰਟੀ ਪੰਜਾਬ ਨੂੰ ਬਚਾਓ, ਇਹਨਾਂ ਦਾ ਸਭ ਕੁਝ ਸਾਹਮਣੇ ਆ ਜਾਣਾ। ਆ ਹੁਣ 4 ਕੁ ਮਹੀਨਿਆਂ ਤੱਕ ਇਹਨਾਂ ਸਭ ਨੇ ਪੂਰਾ ਬਿਲਕ ਮਿਲ ਕੇ ਬੋਲਣਾ, ਪੰਜਾਬ ਡੁੱਬ ਚੱਲਿਆ ਹੋਏ, ਪੰਜਾਬ ਮਰ ਚੱਲਿਆ ਹੋਏ, ਪੰਜਾਬ ਨੂੰ ਬਚਾ ਲਓ, ਏ ਨੌਜਵਾਨੀ ਗਰਕ ਹੋ ਗਈ, ਨਸ਼ਿਆਂ ਦੇ ਦਲਦਲ ਵਿੱਚ ਫਸ ਗਈ, ਬਈਏ ਆ ਕੇ ਵੱਸ ਗਏ, ਪੰਜਾਬ ਮਾਂ ਬੋਲੀ ਖਤਮ ਹੋ ਚੱਲੀ, ਬੜਾ ਰੌਲਾ ਪਾਉਣਾ। ਜਦੋਂ ਹੋ ਗਈ ਇਲੈਕਸ਼ਨ ਅਤੇ ਉਦੋਂ ਬਾਅਦ ਇਹਨੇ ਚੁੱਪ ਕਰਕੇ ਆਪਾਂ ਆਪਣੇ ਘਰਾਂ 'ਚ ਬਹਿ ਜਾਣਾ। ਜਿਹੜੀ ਮੈਂ ਅੱਜ ਗੱਲ ਕਹੀ ਹੈ ਨਾ, ਥੋੜ੍ਹਾ ਜਿਹਾ ਗੌਰ ਕਰਿਓ ਵੀ ਜਿਹੜੀਆਂ 2 ਡਫਲੀਆਂ ਹੁਣ ਵੱਜਣਗੀਆਂ, ਕਾਂਗਰਸ ਨੂੰ ਕਿੰਨਾ ਕੁ ਨੁਕਸਾਨ ਹੋਊਗਾ, ਕਿੰਨਾ ਕੁ ਫਾਇਦਾ ਹੋਊਗਾ। ਤਕਰੀਬਨ ਆ 1-2 ਵੀਕਾਂ ਦੇ ਵਿੱਚ ਰਿਜ਼ਲਟ ਇਹਦਾ ਆ ਜਾਣਾ। ਅਤੇ ਮੈਂ ਦੁਬਾਰੇ ਨਹੀਂ ਇਹ ਗੱਲ ਕਹਿਣੀ, ਕਿਉਂਕਿ ਜਦੋਂ ਦਾੜ੍ਹੀ ਚਿੱਟੀ ਦੀ ਗੱਲ ਕੀਤੀ ਸੀ ਨਾ, ਉਦੋਂ ਕਈਆਂ ਨੇ ਫੋਨ ਕਰਕੇ ਧਮਕੀਆਂ ਵੀ ਦਿੱਤੀਆਂ, ਗਾਲੀ ਗਲੋਚ ਵੀ ਕੀਤਾ। ਅਤੇ ਪਰ ਇਹ ਚਰਚਾਵਾਂ ਜਿਹੜੀਆਂ ਨੇ ਨਾ, ਹੁਣ ਮੈਨੂੰ ਲੱਗਦਾ ਸਿੱਧੇ ਤੌਰ 'ਤੇ ਨੀਲੀ ਪੱਗ ਸਿਰ 'ਤੇ ਆਉਣ ਵਾਲੀ ਹੈ, ਅਤੇ ਦਾੜ੍ਹੀ ਵੀ ਸ਼ਾਇਦ ਕਟਾਈ ਨਹੀਂ ਜਾਣੀ, ਮੈਨੂੰ ਲੱਗਦਾ ਵੀ ਵੱਧ ਵੀ ਜਾਣੀ ਹੈ। ਅਤੇ ਹੁਣ ਜਿਹੜੀਆਂ 2 ਡਫਲੀਆਂ ਨੇ, ਅਤੇ ਇਹ ਕਿਹੜੇ ਕਿਹੜੇ ਰਾਜ, ਕਿਹੜੇ ਕਿਹੜੇ ਰਾਗ ਅਲਾਪਦੀਆਂ ਨੇ, ਕਿਹੜੀ ਕਿਹੜੀ ਧੁਨ ਕੰਪੋਜੀਸ਼ਨ ਬਣ ਕੇ ਆਉਣੀ ਹੈ, ਇਹ ਤਕਰੀਬਨ ਲੋਕਾਂ ਨੂੰ ਪਤਾ ਲੱਗ ਹੀ ਜਾਣਾ। ਇਹ ਬੇਨਤੀ ਪ੍ਰਵਾਨ ਕਰਿਓ। ਔਰ ਜਿਹੜੇ ਵੀ ਕਾਂਗਰਸ ਦੇ ਵਰਕਰ ਨੇ ਜਾਂ ਅਕਾਲੀ ਵਰਕਰ ਨੇ, ਉਹ ਥੋੜ੍ਹਾ ਜਿਹਾ ਨਾ ਅਕਲ ਤੋਂ ਪਰਦਾ ਪਾਸੇ ਕਰਕੇ ਅੱਖਾਂ ਚੰਗੀ ਤਰ੍ਹਾਂ ਖੋਲ੍ਹ ਕੇ ਦੇਖ ਲਿਓ ਵੀ ਖਹਿਰਾ ਕਿਹਦੇ ਲਈ ਖੜੂਗਾ, ਅਤੇ ਲੱਖਾ ਕਿਹਦੇ ਲਈ ਹੈ, ਅਤੇ ਕਾਂਗਰਸ ਦਾ ਉੱਥੇ ਕਿਹੜਾ ਆਉਣਾ, ਜਾਂ ਸਿੱਧੂ ਕੀ ਕਰੂਗਾ, ਇਹ ਥੋੜ੍ਹਾ ਜਿਹਾ ਸੋਚ ਲਿਓ। ਕਿਉਂਕਿ ਇਹ ਬੰਦੇ ਕੇਵਲ ਫੜਾ ਮਾਰਦੇ ਨੇ ਕਿ ਪੰਜਾਬ ਨੂੰ ਬਚਾਉਣਾ, ਅਤੇ ਬਚਾਉਣ ਦੀ ਗੱਲ ਕੋਈ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।